ਹੈਲੋ ਦੋਸਤੋ, ਅੱਜ ਮੈਂ ਤੁਹਾਨੂੰ ਆਪਣੇ ਮੈਡੀਕਲ ਕਾਲਜ ਅੰਮ੍ਰਿਤਸਰ ਦੀ ਸੈਰ ਕਰਾਉਣਾ। ਮੈਂ ਇਸ ਵੇਲੇ ਸੀ ਬਲੋਕ ਦੇ ਸਾਹਮਣੇ ਖੜ੍ਹਾ। ਇਹ ਆਪਣੇ ਕਾਲਜ ਦੀ ਗਰਾਊਂਡ ਹੈ ਜਿੱਥੇ ਆਪਾਂ ਹੋਕੀ ਫੁੱਟਬਾਲ ਖੇਡਦੇ ਹੁੰਦੇ ਸੀ। ਕਰਨਲ ਨੈਟ ਯਾਦ ਆਉਂਦਾ ਮੈਨੂੰ। ਉਹ ਦੂਰ ਆਪਣਾ ਏ ਬਲੋਕ ਹੁੰਦਾ ਸੀ ਜਿਹੜਾ ਕਿ ਹੁਣ ਗਰਲ ਸਟੂਡੈਂਟਸ ਨੂੰ ਅਲੋਟ ਕਰ ਦਿੱਤਾ ਗਿਆ। ਇਹਦੇ ਨਾਲ ਹੀ ਇੱਧਰ ਆਪਣਾ ਬੀ ਬਲੋਕ ਹੁੰਦਾ ਸੀ, ਇਹ ਵੀ ਹੁਣ ਕੁੜੀਆਂ ਦਾ ਹੋਸਟਲ ਬਣ ਗਿਆ। ਇਹਦੇ ਨਾਲ ਹੁਣ ਆਪਾਂ ਐਂਟਰ ਕਰਦੇ ਹਾਂ ਸੀ ਬਲੋਕ ਦੇ ਵਿੱਚ। ਜਦੋਂ ਆਪਾਂ ਫਾਈਨਲ 'ਚ ਹੁੰਦੇ ਸੀਗੇ ਅਤੇ ਆਪਾਂ ਇਸ ਬਲੋਕ 'ਚ ਰਹਿੰਦੇ ਸੀ, ਬੜੀਆਂ ਆਪਣੀਆਂ ਯਾਦਾਂ ਇਸ ਬਲੋਕ ਨਾਲ ਵਾਬਸਤਾ ਨੇ। ਇਸ ਬਲੋਕ 'ਤੇ ਪਹਿਲਾਂ ਸਾਡੇ ਵੇਲੇ ਬਾਹਰਲੇ ਪਾਸੇ ਕੰਧ ਨਹੀਂ ਸੀ ਹੁੰਦੀ, ਸਿੱਧਾ ਸੜਕ ਦੇ ਨਾਲ ਹੀ ਹੁੰਦਾ ਸੀ, ਪਰ ਹੁਣ ਇੱਥੇ ਇਹਨਾਂ ਨੇ ਦੀਵਾਰ ਕਰ ਦਿੱਤੀ ਹੈ। ਇਹ ਸੀ ਬਲੋਕ ਦਾ ਬਾਹਰਲਾ ਪਾਸਾ, ਨੌਟਨੀ ਵਾਲੇ ਪਾਸੇ ਜਿਹੜੇ ਕਮਰੇ ਹੈ ਉਹ ਹੈ ਇਸ ਦਾ ਯਾਦਗਾਰ ਵਰਾਂਡਾ। ਅਜੇ ਵੀ ਜਿਹੜੇ ਮੋਟਰਸਾਈਕਲ ਆਪਣੇ ਵੇਲੇ ਤਾਂ ਬਾਲੇ ਸਾਈਕਲ ਹੁੰਦੇ ਸੀਗੇ, ਇੱਥੇ ਹੁਣ ਬਾਲੇ ਮੋਟਰਸਾਈਕਲ ਖੜ੍ਹੇ ਰਹਿੰਦੇ ਹੈ। ਟਾਵੀਂ ਟਾਵੀਂ ਕਾਰ ਹੁੰਦੀ ਸੀ ਆਪਣੇ ਵੇਲੇ, ਟਾਵਾਂ ਟਾਵਾਂ ਸਕੂਟਰ ਹੁੰਦਾ ਸੀ, ਪਰ ਹੁਣ ਹਰ ਸਟੂਡੈਂਟ ਕੋਲ ਮੋਟਰਸਾਈਕਲ ਆ, ਕਾਰ ਹੈ। ਆ ਆਪਣਾ ਮੈਸ ਉਸੇ ਦਾ ਉਸੇ ਤਰ੍ਹਾਂ ਹੀ ਹੈ, ਇਹਦੀ ਹਾਲਤ ਉਹਦੇ ਨਾਲੋਂ ਵੀ ਕਹਿ ਲਓ ਵੀ ਮਾੜੀ ਹੋ ਗਈ। ਅੱਜ ਮੇਰਾ ਖਿਆਲ ਐਤਵਾਰ ਹੋਣ ਕਰਕੇ ਇਹ ਬੰਦ ਹੈ ਮੈਸ, ਆਪਣਾ ਛੁੱਟੀ ਦਾ ਦਿਨ ਹੈ। ਇਹ ਇੱਧਰਲਾ ਪਾਸਾ ਹੈ, ਇੱਧਰ ਬਾਹਰ ਦੀ ਜਾ ਕੇ ਬਾਹਰ ਹੁਣ ਛੋਟੀ ਜਿਹੀ ਕੈਂਟੀਨ ਹੈ। ਇਹ ਜਿਹੜਾ ਇਹਦਾ ਆਪਣੇ ਸੀ ਬਲੋਕ ਦਾ ਵਿਹੜਾ ਹੁੰਦਾ ਸੀ, ਬਹੁਤ ਘਾਹ ਦੀ ਬੁਰੀ ਹਾਲਤ ਹੈ, ਗੰਦ ਪਿਆ ਵਿਆ ਇਹਦੇ 'ਚ। ਆ ਹੁਣ ਮੈਂ ਤੁਹਾਨੂੰ ਅੰਦਰਲੇ ਜਿਹੜੇ ਆਪਣੇ ਕਮਰੇ ਆ, ਅਪਰ ਫਲੋਰ ਹੈ। ਚਲੋ ਆਪਾਂ ਐਂ ਕਰਦੇ ਹਾਂ, ਪੌੜੀਆਂ ਚੜ੍ਹ ਕੇ ਉੱਤੇ ਹੀ ਚੱਲਦੇ ਹਾਂ। ਮੌਸਮ ਅੱਜ ਵਧੀਆ, ਬਹੁਤ ਸੋਹਣਾ। ਸੀ ਬਲੋਕ ਦੀ ਜਿਹੜੀ ਸਾਰਿਆਂ ਤੋਂ ਵਧੀਆ ਚੀਜ਼ ਲੱਗਦੀ ਸੀਗੀ ਉਹ ਸੀ ਇਹਦਾ ਟੈਰਿਸ, ਜਿਸ ਤੋਂ ਕਿ ਖੜ੍ਹੇ ਹੋ ਕੇ ਆਪਾਂ ਸਾਰੇ ਜਿਹੜੀ ਸਾਹਮਣੇ ਗਰਾਊਂਡ ਹੈ ਉਹਦਾ ਬਹੁਤ ਵਧੀਆ ਵਿਊ ਦਿਸਦਾ ਸੀ। ਇਹ ਆਪਾਂ ਹੁਣ ਪੌੜੀਆਂ ਉੱਪਰ ਚੜ੍ਹ ਕੇ ਸੀ ਬਲੋਕ ਐਂਟਰ ਕਰਦੇ ਹਾਂ, ਵੇਖਦੇ ਹਾਂ ਉੱਤੇ ਕੀ ਹੈ। ਛੁੱਟੀ ਦੇ ਦਿਨ ਅੱਜ, ਲਓ ਆਹ ਵੀ ਵੇਖਣ ਵਾਲੀ ਚੀਜ਼ ਹੈ। ਆਹ ਵੇਖੋ ਆਪਣੇ ਉਵੇਂ ਅਜੇ ਸੁਧਾਰ ਨਹੀਂ ਆਇਆ ਆਪਣੇ 'ਚ, ਇੱਥੇ ਹੀ ਰੱਖੀ ਵੀ ਆ, ਭਾਵੇਂ ਜਦੋਂ ਮਰਜ਼ੀ ਡਿੱਗ ਪਏ। ਇਹ ਆਪਣਾ ਉਤਲਾ ਟੈਰਿਸ ਹੈ ਇਹਦਾ ਸੀ ਬਲੋਕ ਦਾ। ਇੱਥੇ ਹੁਣ ਮੈਂ ਆਮ ਆਉਂਦਾ ਰਹਿੰਦਾ, ਬੇਟਾ ਮੇਰਾ ਪੜ੍ਹਦਾ ਇੱਥੇ। ਇੱਥੇ ਤਿੰਨ ਚਾਰ ਕੁੱਤੇ ਹੈ, ਉਹ ਮੇਰੇ ਨਾਲ ਵੀ ਫੈਮਿਲੀਅਰ ਹੋ ਗਏ ਆ। ਆਓ ਆਪਾਂ ਇੱਥੋਂ ਝਾਤ ਮਾਰਦੇ ਹਾਂ। ਉਹ ਆਪਣੀ ਗਰਾਊਂਡ ਦੀ ਬਹੁਤ ਖੂਬਸੂਰਤ ਵਿਊ ਦਿਸਦਾ ਇੱਥੋਂ ਸੀ ਬਲੋਕ ਤੋਂ। ਬਹੁਤ ਹਵਾਦਾਰ ਇਹ
ਵਰਾਂਡਾ ਆਪਣਾ। ਆ ਇੱਧਰਲੇ ਪਾਸੇ ਵੇਖੋ ਯਾਦ ਉਥਨੂੰ ਅਨੋਟਮੀ ਹਾਲ ਹੈ ਆਪਣਾ ਸਾਹਮਣੇ। ਇੱਧਰ ਦੀ ਹੁਣ ਆਪਾਂ ਉੱਤੋਂ ਦੀ ਇਹ ਉੱਪਰਲੇ ਕਮਰੇ ਹੈ। ਆ ਇੱਥੇ ਮੇਰਾ ਖਿਆਲ 91 ਰੂਮ ਹੈ। ਆ 90, 91, 2, 3 ਮੇਰਾ ਬੇਟਾ ਜਿਹੜਾ 93 ਰੂਮ 'ਚ ਰਹਿੰਦਾ। ਮੈਨੂੰ ਯਾਦ ਹੈ ਵੀ ਉਸ ਵੇਲੇ ਮੇਰਾ ਕਿਹੜਾ ਕਲਾਸ ਵੇਲੇ ਉਸ ਕਮਰੇ 'ਚ ਰਹਿੰਦਾ ਸੀ। ਮੇਰਾ ਤਾਂ ਉਹ ਥੱਲੇ ਜਾ ਕੇ 26 ਨੰਬਰ ਕਮਰਾ ਹੁੰਦਾ ਸੀ। ਹਾਲਤ ਕਾਫੀ ਤਰਸਯੋਗ ਹੈ ਇਹਦੀ, ਕੋਈ ਕਲੀ ਨਹੀਂ ਕੀਤੀ ਗਈ, ਪਰ ਦਰਖਤ ਉਸ ਵੇਲੇ ਦੇ ਉਵੇਂ ਹੀ ਖੜ੍ਹੇ ਹੈ, ਆਪਣੀਆਂ ਯਾਦਾਂ ਸਮੇਟੀ। ਚਲੋ ਦੋਸਤੋ, ਫਿਰ ਜਦੋਂ ਮੈਂ ਆਇਆ ਫਿਰ ਮੈਂ ਤੁਹਾਨੂੰ ਆਪਣੇ ਬਾਕੀ ਡਿਪਾਰਟਮੈਂਟ ਸੈਰ ਕਰਾਊਂਗਾ। ਅੱਜ ਇੰਨੇ ਕੁ ਨਾਲ ਹੀ ਗੁਜ਼ਾਰਾ ਕਰੋ। ਮਿਹਰਬਾਨੀ, ਸਤਿ ਸ਼੍ਰੀ ਅਕਾਲ।